start. ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ ਆਪਣੇ ਦਰਮਿਆਨ ਨੇ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕਰੀ ਸੀ ਕਿ ਵੀ ਉਹਨਾਂ ਦਾ ਆਪਦੀ ਇੱਛਾ ਹੁੰਦੀ ਆ ਰੀਝ ਹੁੰਦੀ ਆ ਕਿ ਮੈਂ ਆਪਣੇ ਹੱਥੀਂ ਦਵਾਈ ਦੇਵਾਂ ਮੈਂ ਇਹ ਪੁੰਨ ਖੱਟਾਂ ਸੋ ਇਸ ਮਨਸ਼ਾ ਨਾਲ ਹੀ ਇਹਨਾਂ ਨੇ ਆਸਰਾ ਫਾਊਂਡੇਸ਼ਨ ਬਣਾਈ ਆ ਜਿਹਦੇ ਤਹਿਤ ਇਹ ਪਿੰਡ ਪਿੰਡ ਨਗਰ ਨਗਰ 'ਚ ਸਿਹਤ ਨਾਲ ਸੰਬੰਧਿਤ ਕੈਂਪ ਲਵਾ ਰਹੇ ਨੇ ਇਹਨਾਂ ਦੀ ਦਿਲੀ ਰੀਝ ਆ ਕੋਈ ਵੀ ਬੀਬੀ ਭੈਣ ਇਲਾਜ ਵੱਲੋਂ ਨਾ ਰਹਿ ਜਾਵੇ ਇਹਨਾਂ ਨੇ ਧਈਆ ਕੀਤਾ ਕਿ ਵੀ ਮੈਂ ਆਪਣੇ ਇਲਾਕੇ ਦੀ ਗੱਲਿਆਂ ਦਾ ਤੇ ਸਿਹਤ ਦਾ ਖੇੜਾ ਚੁੱਕਿਆ ਮੈਂ ਚਾਹੁੰਦੀ ਹਾਂ ਕਿ ਮੇਰੇ ਹਾਸੇ ਦੇ ਵਿੱਚ ਕਿਸੇ ਵੱਲੋਂ ਕੰਮ ਕਰੇ ਹਰ ਦਿਨ ਹਰ ਕੀ ਤੰਦਰੁਸਤ ਹੋਵੇ ਇਹਨਾਂ ਨੇ ਨਾਰਾ ਜੇ ਅਸੀਂ ਬੀਬੀਆਂ ਨੂੰ ਪੜ੍ਹਾਵਾਂਗੇ ਇਹਨਾਂ ਦੀ ਸਿਹਤ ਨੂੰ ਬਚਾਵਾਂਗੇ ਤੇ ਸਮਝ ਲਓ ਅਸੀਂ ਆਪਦੇ ਸਾਰੇ ਇਲਾਕੇ ਨੂੰ ਦੇਸ਼ ਤੇ ਕੌਮ ਨੂੰ ਬਚਾਵਾਂਗੇ ਸੋ ਅਸੀਂ ਬੜੇ ਖੁਸ਼ਕਿਸਮਤ ਆ ਕਿ ਮੈਡਮ ਅਮਰਿਤ ਜੀ ਨੇ ਪੰਜਾਬ ਦੇ ਇਕੱਲੇ ਬਾਹਰ ਕੋਈ ਇੱਕ ਭੈਣ ਨੇ ਜਿਹੜੇ ਜਿਹਨਾਂ ਨੇ ਇਹ ਗੱਲ ਦਾ ਧਈਆ ਕਰਿਆ ਗੱਲ ਦੀ ਚੋਣ ਕਰੀ ਆ ਮੈਂ ਆਪਣੇ ਇਲਾਕੇ ਨੂੰ ਜਿਹੜਾ ਹੈਗਾ ਤੰਦਰੁਸਤ ਤੇ ਵਿਦਿਆ ਦੇ ਵਿੱਚੋਂ ਪੂਰਾ ਕਰਨਾ ਇਹਨਾਂ ਨੇ ਸੋਚਿਆ ਆ ਕਿ ਮੈਂ ਸਾਰੇ ਪ੍ਰਾਇਮਰੀ ਸਕੂਲਾਂ ਨੂੰ ਜਿਹੜਾ ਹੈਗਾ ਮਾਡਰਨਾਈਜ਼ ਕਰਾਉਣਾ ਇਹਦੇ ਵਿੱਚ ਜਿਹੜਾ ਹੈਗਾ ਸਹੂਲਤਾਂ ਦੇਣੀਆਂ ਹੈਗੀਆਂ ਇਸੇ ਤਰ੍ਹਾਂ ਹੀ ਮੈਂ ਬਣਾਉਣਾ ਇਹ ਜਿਹੜਾ ਸਿਹਤ ਦਾ ਬੇੜਾ ਜੁੱਟਿਆ ਤੁਸੀਂ ਖਾਸ ਤੌਰ ਜਿਹੜੇ ਇਹਨਾਂ ਦੇ ਮਤਲਬ ਧਿਆਨ ਰੱਖਣਗੇ ਇਹ ਦੇਖੋਗੇ ਕਿ ਕਿਵੇਂ ਇਹਨਾਂ ਨੇ ਕੈਂਸਰ ਦੀਆਂ ਬਿਮਾਰੀਆਂ ਜਿਹੜੀਆਂ ਬੇਟੀਆਂ ਨੇ ਲੱਗ ਜਾਂਦੀਆਂ ਉਹਦੇ ਲਈ ਇਹ ਕੈਂਪ ਦਾ ਪ੍ਰਬੰਧ ਕਰਿਆ ਵੱਖਰੇ ਵੱਖਰੇ ਪਿੰਡਾਂ ਵਿੱਚ ਕੈਂਪ ਲਗਾਉਂਦੇ ਆ ਰਹੇ ਹੁਣ ਉਹ ਕੈਂਪ ਦੇ ਨਾਲ ਨਾਲ ਇਹਨਾਂ ਨੇ ਇੱਕ ਵੱਡਾ ਕੈਂਪ ਦਾ ਪ੍ਰਬੰਧ ਕਰਿਆ ਜਿਹਦੇ ਵਿੱਚ ਰੋਟਰੀ ਕਲੱਬ ਅਤੇ ਸਹਿਯੋਗ ਸਹਿਯੋਗ ਨਾਲ ਕੈਂਪ ਚੱਲ ਰਿਹਾ ਮੈਡਮ ਜੀ ਦਾ ਵਜ਼ੀਫਾ ਇੱਥੇ ਆਇਆ ਅਤੇ ਜਿਹਨਾਂ ਨੇ ਕਹਿੰਦੇ ਆ ਕਿ ਜਿਹਨਾਂ ਨੇ ਮੈਨੂੰ ਲਗਨ ਸਮਰਪਤਾ ਨਾਲ ਆਪਣੇ ਇਲਾਕੇ ਦੀ ਸੇਵਾ ਸੰਭਾਲ ਦਾ ਜੀਰਾ ਚੁੱਕਿਆ ਹੋਇਆ ਆਪਣੇ ਨੇਤਾ ਨਾਜ਼ਰ ਹੁੰਦੇ ਨੇ ਜਦੋਂ ਵੀ ਕੋਈ ਦੁੱਖ ਤਕਲੀਫ ਹੁੰਦੀ ਆ ਤਾਂ ਉਹ ਆਪਣੇ ਸੇਵਾ ਵੀ ਕਰਦੇ ਨੇ ਔਰ ਉਹਨਾਂ ਨੇ ਕਿਹਾ ਕਿ ਮੈਂ ਇਹ ਗੱਲ ਸੰਭਾਲਾਂਗੀ ਸੇਵ ਕਰ ਲਿਆ ਬਹੁਤ ਸਾਰੇ ਯਤਨ ਕਰ ਰਹੇ ਨੇ ਵੱਖ ਵੱਖ ਮਾਹਰ ਡਾਕਟਰਾਂ ਨੂੰ ਬੇਨਤੀ ਕਰਕੇ ਸਾਡੇ ਮੇਰੇ ਨਗਰ ਦੇ ਵਿੱਚ ਲੱਗ ਜਾਂਦੇ ਨੇ ਤਾਂ ਕਿ ਅਸੀਂ ਕੋਈ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਬਣਾ ਸਕੀਏ ਕਈ ਵਾਰ ਮੈਂ ਆਪਾਂ ਧੌਲ ਕਰ ਲੈਂਦੇ ਹਾਂ ਕਿੱਥੇ ਨੂੰ ਦੂਰ ਜਾਵਾਂਗੇ ਅਤੇ ਫਿਰ ਗੱਲ ਵੀ ਮੁਸ਼ਕਲ ਹੁੰਦੀ ਹੈ ਅਮਨ ਜੀ ਦਾ ਹਸਪਤਾਲ ਅੰਮ੍ਰਿਤਸਰ ਜੋੜਾਂ ਦੀ ਤਕਲੀਫ ਆ ਤਾਂ ਆਪਾਂ ਉੱਥੇ ਤੱਕ ਨਹੀਂ ਪਹੁੰਚ ਸਕਦੇ ਸੋ ਇਹ ਇਹਨਾਂ ਦਾ ਸਵਾਲ ਹੈ ਕੋਈ ਯਤਨ ਹੈ ਕੋਈ ਇਹਨਾਂ ਦੀ ਸਲਾਹ ਦਾ ਇਹ ਸਾਧਨ ਆ ਅਤੇ ਜਿਹਨਾਂ ਨੇ ਸਾਡੇ ਬਿਲਕੁਲ ਮਜ਼ਬੂਤ ਜਿਹੜਾ ਇਹ ਪ੍ਰਬੰਧ ਕਰਵਾ ਦਿੰਦੇ ਨੇ ਹਰ ਮਹੀਨੇ ਦੇ ਲਗਭਗ ਵਿੱਚ ਇੱਕ ਕੈਂਪ ਇਹਨਾਂ ਦਾ ਜ਼ਰੂਰ ਇਹ ਚੱਲ ਰਿਹਾ ਹੁੰਦਾ ਫਿਰ ਉਹ ਨਾਲ ਦੇ ਪਿੰਡਾਂ 'ਚ ਛੋਟੇ ਛੋਟੇ ਕੈਂਪ ਹੋਰ ਲੱਗੇ ਨੇ ਤਾਂ ਇੱਕ ਵੱਡਾ ਕੈਂਪ ਲੱਗਿਆ ਅਤੇ 12 ਦੇ ਵਿੱਚ ਤੱਕ ਇਸੇ ਤਰ੍ਹਾਂ ਦੇ ਵੱਡੇ ਵੱਡੇ ਕੈਂਪ ਵੱਖ ਵੱਖ ਨਗਰਾਂ ਦੇ ਵਿੱਚ ਇਹ ਐਵੇਂ ਹੀ ਲਗਵਾ ਰਹੇ ਨੇ ਸੋ ਨਗਰ ਵਾਸੀਆਂ ਨੂੰ ਬੇਨਤੀ ਆ ਕਿ ਸੰਜਮ ਨਾਲ ਸਹਿਜ ਨਾਲ ਦਵਾਈਆਂ ਦੀ ਵੰਡ ਸ਼ੁਰੂ ਹੋ ਗਈ ਆ ਅਤੇ ਇਹ ਲਗਾਤਾਰ ਹਰ ਇੱਕ ਜਾਣੇ ਨੂੰ ਬਰੀਕੀ ਨਾਲ ਸਮਝਾ ਕੇ ਕਿ ਕਿੱਦਾਂ ਦਵਾਈ ਦਾ ਸਵੇਰੇ ਸ਼ਾਮ ਦੁਪਹਿਰ ਕਿਹੜੀ ਕਿਹੜੀ ਦਵਾਈ ਕਿਹੜੀ ਕਿਹੜੀ ਲੈਣੀ ਆ ਉਹ ਸਾਰੇ ਜਾਣੇ ਸਮਝ ਕੇ ਸਾਰੇ ਜਾਣੇ ਲਾਓ ਸੋ ਵਿਸ਼ੇਸ਼ ਕਰ ਧੰਨਵਾਦ ਆ ਉਹਨਾਂ ਜੀ ਦਾ ਕਿ ਉਹਨਾਂ ਨੇ ਦਵਾਈਆਂ ਤੱਕ ਵੀ ਮੁਫ਼ਤ ਪ੍ਰਬੰਧ ਕਰਾਇਆ ਟੈਸਟ ਵੀ ਫਰੀ ਸੋ ਡਾਕਟਰੀ ਚੈੱਕਅਪ ਵੀ ਫਰੀ ਸੋ ਸਾਡਾ ਵੀ ਨਗਰ ਵਾਸੀਆਂ ਦਾ ਇਹ ਫਰਜ਼ ਬਣਦਾ ਕਿ ਅਸੀਂ ਸਹਿਜ ਨਾਲ
ਆਪਣੀ ਦਵਾਈ ਲਈਏ ਤੇ ਤੰਦਰੁਸਤ ਹੋਈਏ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਜਿਨ੍ਹਾਂ ਨੇ ਆਪਦਾ ਚੈੱਕਅਪ ਕਰਾ ਲਿਆ ਦਵਾਈ ਸਾਰਿਆਂ ਨੂੰ ਮਿਲੂਗੀ। ਇੱਕ ਵਾਰ ਰੁਕ ਜਾਓ, ਬੈਠ ਜਾਓ, ਸਹਿਜ ਨਾਲ ਜਿਵੇਂ ਜਿਵੇਂ ਕੁਛ ਪਰਚੀਆਂ ਲੰਘ ਜਾਣਗੀਆਂ ਬਾਕੀਆਂ ਨੂੰ ਵੀ ਦੇ ਦਿੱਤਾ ਜਾਓ ਦਵਾਈ। ਲਾਈਨ ਕਰਕੇ ਧਿਆਨ ਨਾਲ ਲਓ, ਦਵਾਈ ਦਾ ਤਾਂ ਹੀ ਲਾਭ ਆ ਕਿ ਭੈਣ ਨਾਲ ਦਾ ਸਹਿਯੋਗ ਕਰਾਂਗੇ। ਸੋ ਇਸ ਬੇਨਤੀ ਨੂੰ ਪ੍ਰਵਾਨ ਕਰੋ। ਜੋ ਇੰਨੇ ਦੋ ਡਾਕਟਰ ਦਾ ਪ੍ਰਬੰਧ ਕਰਵਾਉਂਦਾ ਇਹਨਾਂ ਨੇ ਤੇ ਦਵਾਈਆਂ ਦੀ ਵੀ ਕੋਈ ਲੋੜ ਨਹੀਂ ਆਉਣ ਦਿੰਦੇ। ਸੋ ਕਿਰਪਾ ਕਰਕੇ ਸਾਰੇ ਜਾਣੇ ਲੱਗੀ ਜਾਓ, ਸਹਿਜ ਰੱਖੋ, ਸਭ ਨੂੰ ਦਵਾਈ ਦਿਓ। ਦਵਾਈ ਬਹੁਤ ਵੱਡੀ ਤਾਕਤ ਦੇ ਨਾਲ ਮਿਲਿਆ ਕਰਵਾਉਂਦੀਆਂ ਨੇ, ਕੋਈ ਟੋਟ ਨਹੀਂ, ਹਰ ਕਿਸੇ ਨੂੰ ਦਵਾਈ ਦਿਓ। ਸੋ ਫਿਰ ਦੱਸਦੇ ਹਾਂ ਕਿ ਆਸਰਾ ਫਾਊਂਡੇਸ਼ਨ ਦੁਆਰਾ ਮੈਡਮ ਅੰਮ੍ਰਿਤਾ ਵੜਿੰਗ ਜੀ ਦੁਆਰਾ ਇਹ ਜਿਹੜਾ ਦਿੱਤਾ ਗਿਆ ਕਿ ਅਸੀਂ ਆਪਦੇ ਇਲਾਕੇ ਦੇ ਸਿਹਤ ਸੰਭਾਲ ਦਾ ਉਚੇਚਾ ਧਿਆਨ ਰੱਖਣਾ। ਮੈਂ ਹੋਰ ਕੈਂਪਾਂ ਵਿੱਚ ਵੀ ਜਾਂਦਾ ਤੇ ਦੇਖਦੇ ਹਾਂ ਲਗਾਤਾਰ ਇਲਾਕੇ ਦੇ ਵਿੱਚ ਕੋਟ ਭਾਈ ਵੀ ਲੱਗਿਆ ਕੈਂਪ, ਆਪਾ ਪੁੱਤਰ ਵੀ ਲੱਗਿਆ, ਬਾਕੀ ਨਗਰਾਂ ਵਿੱਚ ਵੀ ਲੱਗ ਰਹੇ ਨੇ, ਤਰਾਈ ਵਾਲੇ ਵੀ ਕੈਂਪ ਲੱਗ ਚੁੱਕਿਆ। ਸੋ ਸਾਰੀਆਂ ਥਾਵਾਂ ਤੇ ਅਸੀਂ ਤੱਕ ਇਕੱਲੇ ਇਕੱਲੇ ਮਰੀਜ਼ ਨੂੰ, ਇਕੱਲੇ ਇਕੱਲੇ ਲੋੜਵੰਦ ਨੂੰ ਦਵਾਈ ਮੁਹੱਈਆ ਕਰਾ ਕੇ ਫੇਰ ਹੀ ਇੱਥੇ ਜਾ ਰਹੇ ਹਾਂ। ਸੋ ਸਾਰਿਆਂ ਜਾਣਿਆਂ ਨੂੰ ਬੇਨਤੀ ਆ, ਦਵਾਈਆਂ ਪ੍ਰਾਪਤ ਕਰੋ। ਲੋ ਜੀ, ਮੈਡਮ ਅੰਮ੍ਰਿਤਾ ਜੀ ਸਟੇਜ ਤੇ ਆ ਰਹੇ ਨੇ ਸਾਰਿਆਂ ਦਾ, ਤੇ ਅਸੀਂ ਸਾਰੇ ਇਹਨਾਂ ਨਗਰ ਨਿਵਾਸੀ ਇਹਨਾਂ ਨੂੰ ਜੀਆਂ ਬੋਲਦੇ ਹਾਂ। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਆਸਰਾ ਫਾਊਂਡੇਸ਼ਨ ਦੀ ਤਰਫੋਂ ਇਹ ਹਮੇਸ਼ਾ ਤਤਪਰ ਰਹਿੰਦੇ ਆ। ਇਹਨਾਂ ਨੇ ਜੁੰਮਾ ਉੱਟਿਆ ਕਿ ਅਸੀਂ ਸਿਹਤ ਤੇ ਵਿੱਦਿਆ ਦਾ ਉਚੇਚਾ ਧਿਆਨ ਰੱਖਾਂਗੇ। ਬਾਈ ਨਿਹਾਲ ਜੀ ਨੂੰ ਬੇਨਤੀ ਆ ਸਟੇਜ ਤੇ ਆ ਜਾਣ, ਬਾਈ ਰਿੰਦਰ ਜੀ ਵੀ ਆਏ ਹੋਏ ਨੇ, ਉਹ ਵੀ ਕਿਰਪਾ ਕਰਕੇ ਸਟੇਜ ਤੇ ਆ ਜਾਣ। ਸੋ ਸਾਰੇ ਜਿੰਨੇ ਵੀ ਵੀਰ ਭੈਣ ਦਵਾਈ ਲੈਣ ਆਏ ਨੇ, ਇਹਨਾਂ ਨੇ ਕੋਈ ਬਹੁਤ ਹੀ ਖਾਸ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਆ। ਕਿਰਪਾ ਕਰਕੇ ਦਵਾਈਆਂ ਵਾਲੇ ਵੀਰਾਂ ਨੂੰ ਬੇਨਤੀ ਆ ਕਿ 2 ਮਿੰਟ ਲਈ ਦਵਾਈਆਂ ਵਾਲਾ ਕਾਊਂਟਰ ਬੰਦ ਕਰ ਦਿੱਤਾ ਜਾਏ, ਸਿਰਫ 2 ਮਿੰਟ ਗੱਲ ਕਰਨੀ ਹੈ। ਉਹਨਾਂ ਨੇ ਕੋਈ ਚੇਚਾ ਸੁਨੇਹਾ ਦੇਣਾ, ਠੀਕ ਹੈ ਜੀ, ਠੀਕ ਆ, ਸਿਰਫ ਥੋੜੇ ਜਿਹੇ ਸੱਜਣ ਰੁਕ ਜਾਓ, ਬਾਕੀ ਸਾਰੇ ਆ ਕੇ ਇੱਥੇ ਬੈਠ ਜਾਓ, ਕਿਉਂਕਿ ਇੱਕੋ ਦਮ ਤਾਂ ਸਭ ਨੂੰ ਦਵਾਈ ਵੀ ਨਹੀਂ ਮਿਲ ਸਕਣੀ। ਕਿਰਪਾ ਕਰਕੇ ਜਿਹੜਾ ਆ ਕੇ ਆਪਾਂ ਇੱਕ ਖਾਸ ਗੱਲ ਕਰਨ ਲਈ ਕੋਈ ਖਾਸ ਸੁਨੇਹਾ ਲੈ ਕੇ ਆਏ ਆਪਣੇ ਨਾਲ ਭੈਣ ਜੀ ਅੰਮ੍ਰਿਤਾ ਜੀ, ਕਿਰਪਾ ਕਰਕੇ ਜ਼ਰੂਰ ਆਪਾਂ ਉਹਨਾਂ ਦੀ ਗੱਲ ਧਿਆਨ ਨਾਲ ਸੋਚੀਏ, ਤਾਂ ਕਿ ਉਹਨਾਂ ਨੂੰ ਹੌਸਲਾ ਵਧੇ, ਇਹ ਪ੍ਰੇਰਣਾ ਮਿਲੇ ਉਹਨਾਂ ਨੂੰ, ਆਪਣੇ ਉਹਨਾਂ ਨੂੰ ਵੀ ਲੱਗੇ ਕਿ ਵੀ ਆਪਾਂ ਬਹੁਤ ਸਹਿਜ ਨਾਲ ਤੇ ਸੰਮੇ ਨਾਲ ਉਹਨਾਂ ਦੀ ਗੱਲ ਸੁਣ ਰਹੇ ਹਾਂ, ਸਮਝ ਰਹੇ ਹਾਂ, ਉਹ ਕੁਝ ਨੁਕਤੇ ਦੀਆਂ ਗੱਲਾਂ ਆਪਣੇ ਨਾਲ ਸਾਂਝੀਆਂ ਕਰਨਾ ਚਾਹੁੰਦੇ ਆ। ਸੋ ਕਿਰਪਾ ਕਰਕੇ ਸਾਰੇ ਜਾਣੇ ਆਪਾਂ ਸਾਰੇ ਡਾਕਟਰ ਸਾਹਿਬਾਨ ਨਗਰ ਨਿਵਾਸੀ ਪਲੀਜ਼ ਕਿਰਪਾ ਕਰਕੇ ਬੇਨਤੀ ਸਮਝੋ, ਸਾਰੇ ਡਾਕਟਰ ਸਾਹਿਬਾਨ ਆਪਣੇ ਜਾਣੂ ਕਰਾਉਣਗੇ ਬੀਬਾ ਅੰਮ੍ਰਿਤ ਜੀ, ਕਿਰਪਾ ਕਰਕੇ ਉਹ ਸਾਰੇ ਡਾਕਟਰ ਸਾਹਿਬਾਨ ਇੱਥੇ ਆ ਰਹੇ ਨੇ ਸਟੇਜ ਤੇ, ਇਹ ਚਾਹੁੰਦੇ ਆ ਕਿ ਅਸੀਂ ਤੁਹਾਨੂੰ ਜਾਣੂ ਕਰਾਈਏ ਇਹਨਾਂ ਡਾਕਟਰ ਸਾਹਿਬਾਨ। ਡਾਕਟਰ ਸਾਹਿਬਾਨ ਤੁਹਾਡੇ ਰੂਬਰੂ ਹੋਣਗੇ, ਅੱਖਾਂ ਦੇ ਨੱਕ ਕੰਨ ਗਲੇ ਦੇ ਮਾਹਰ ਡਾਕਟਰ ਵੰਦਨਾ ਜੀ ਆਏ ਹੋਏ ਨੇ, ਅਮਨਦੀਪ ਹੋਸਪਿਟਲ ਔਰਥੋ ਦੇ ਵਿੱਚ ਬਹੁਤ ਵੱਡਾ ਨਾਂ ਉਸ ਹਸਪਤਾਲ ਦਾ, ਉਹ ਵੀ ਇੱਥੇ ਆ ਰਹੇ ਨੇ, ਬਾਕੀ ਡਾਕਟਰ ਸਾਹਿਬਾਨ ਵੀ ਇੱਥੇ ਪਹੁੰਚ ਰਹੇ ਨੇ ਤੁਹਾਡੇ ਦਰਮਿਆਨ। ਸੋ ਕਿਰਪਾ ਕਰਕੇ ਤੁਸੀਂ ਹੁਣ ਉੱਥੇ ਨਾ ਰੁਕੋ, ਸਟੇਜ ਤੇ ਬਾਹਰ ਆ ਕੇ ਡਾਕਟਰ ਸਾਹਿਬਾਨ ਵੀ ਆਪਦੀ ਕੋਈ ਗੱਲ ਸਾਂਝੀ ਕਰਨਗੇ, ਉਹਨਾਂ ਦੇ ਗੱਲ ਸਮਝੋ ਕਿ ਇਲਾਜ ਨਾਲੋਂ ਪਰਹੇਜ਼ ਕਿਵੇਂ ਚੰਗਾ ਹੁੰਦਾ। ਤੁਸੀਂ ਇੱਕ ਵਾਰ ਕੁਰਸੀਆਂ ਤੇ ਆਓ, ਸਾਰਿਆਂ ਜਾਣਿਆਂ ਨੂੰ ਬੇਨਤੀ ਆ, ਸਾਰੀ ਸੰਗਤ ਨੂੰ ਬੇਨਤੀ ਆ ਕਿ ਇੱਕ ਵਾਰ ਕੁਰਸੀਆਂ ਤੇ ਆ ਕੇ ਸਜੋ। ਪਿੱਛੇ ਲੈਬ ਟੈਸਟ ਵਾਲੇ ਚਮਕੌਰ ਸਿੰਘ ਨੂੰ ਬੇਨਤੀ ਆ ਕਿ ਉਹ ਵੀ ਆਪਣੇ ਸਾਰੇ ਪੇਸ਼ੈਂਟਸ ਨੂੰ ਤੇ ਆਪ ਆ ਕੇ ਇਸਦੀ ਸਟੇਜ ਇੱਥੇ ਆ ਕੇ ਬੈਠੋ, ਕੁਰਸੀਆਂ ਤੇ ਆ ਕੇ ਬੈਠੋ ਕਿਰਪਾ ਕਰਕੇ। ਆਓ ਜੀ, ਆਓ ਜਲਦੀ, ਤਾਂ ਕਿ ਉਨੀ ਜਲਦੀ ਦੁਬਾਰਾ ਕੰਮ ਸ਼ੁਰੂ ਹੋ ਸਕੇ। ਸਾਰੀ ਸੰਗਤ ਨੂੰ ਬੇਨਤੀ ਆ ਕੇ ਕੁਰਸੀਆਂ ਤੇ ਸਾਜੋ ਜੀ। ਆਓ, ਪਿੱਛੇ ਰੁਕੇ ਹੋਏ ਨੇ ਜਿਹੜੇ ਉਹ ਵੀ ਆ ਜਾਣ ਜੀ, ਕਿਰਪਾ ਕਰਕੇ ਅੱਖਾਂ ਦੇ OPD ਵਾਲੇ ਡਾਕਟਰ ਸਾਹਿਬਾਨ ਵੀ ਆ ਜਾਣ। ਗੁਰਜਿੰਦਰ ਜੀ, ਕਿਰਪਾ ਕਰਕੇ ਅੱਗੇ ਆਓ, ਸਾਰੇ ਜਾਣੇ ਸਾਰੀ ਸੰਗਤ ਨੂੰ ਕਹੋ ਕਿ ਕੁਰਸੀਆਂ ਤੇ ਸਾਜ ਜਾਣ।
ਮੈਮੋਗ੍ਰਾਫੀ ਵਾਲੇ ਡਾਕਟਰ ਸਾਹਿਬਾਨ ਆਏ ਨੇ ਉਹ ਵੀ ਪਲੀਜ਼ ਲੇਡੀ ਡਾਕਟਰ ਵੀ ਆ ਜਾਣ ਕਿਸੇ ਨੇ ਕੈਂਸਰ ਨਾਲ ਸੰਬੰਧਿਤ ਗੱਲ ਕਰਨੀ ਹੈ ਪਲੀਜ਼ ਸਾਰੇ ਜਾਣੇ ਗੱਲ ਸਮਝ ਲਈਏ ਕੀ ਨੁਕਤਾ ਸਿਹਤਮੰਦ ਰਹਿਣ ਲਈ ਆਪਣਾ ਕੀ ਨੁਕਤਾ ਤੇ ਕੀ ਆਪਣੇ ਲਈ ਉਪਰਾਲਾ ਹੋ ਰਿਹਾ ਹਲਕੇ ਦੇ ਐਮ ਐਲ ਏ ਸਾਹਿਬਾਨ ਵੱਲੋਂ ਰਾਜਾ ਵੜਿੰਗ ਜੀ ਵੱਲੋਂ ਕੀ ਆਪਣੇ ਲਈ ਉਪਰਾਲੇ ਹੋ ਰਹੇ ਨੇ ਕੀ ਭੈਣ ਅਮ੍ਰਿਤਾ ਜੀ ਦਿਨ ਰਾਤ ਆਪਣੇ ਲਈ ਹਾਜ਼ਰ ਨੇ ਇਹਨਾਂ ਨੇ ਬੀੜਾ ਚੁੱਕਿਆ ਹੋਇਆ ਕਿ ਅਸੀਂ ਸਿਹਤਮੰਦ ਕਰਕੇ ਹਟਣਾ ਆਪਣੇ ਇਲਾਕੇ ਨੂੰ ਕਿਸੇ ਗੱਲੋਂ ਸਿਹਤ ਦੀ ਕੋਈ ਵੀ ਸਮੱਸਿਆ ਆਉਂਦੀ ਆ ਤੇ ਵਾਰ ਵਾਰ ਕੈਂਪਾਂ ਤੇ ਜਾ ਕੇ ਕਹਿੰਦੇ ਆ ਤੁਹਾਨੂੰ ਅੱਜ ਵੀ ਗੱਲ ਇਨਸ਼ੋਰ ਕਰਾਉਣਗੇ ਕਿ ਕਿੱਦਾਂ ਵੀ ਕਿਸੇ ਨੂੰ ਕੋਈ ਤਕਲੀਫ ਸਿਹਤ ਦੀ ਆ ਜਾਂਦੀ ਹੈ ਪੱਲਿਓਂ ਪੈਸੇ ਖਰਚ ਕੇ ਉਹਦਾ ਇਲਾਜ ਧੁਰ ਤੱਕ ਦਾ ਕਰਾਉਣਗੇ ਇਸੇ ਤਰ੍ਹਾਂ ਹੀ ਇਹਨਾਂ ਨੇ ਐਜੂਕੇਸ਼ਨ ਦਾ ਬੀੜਾ ਚੁੱਕਿਆ ਹੋਇਆ ਗਰੀਨਰੀ ਬਾਰੇ ਇਹ ਗੱਲ ਕਰਦੇ ਆ ਤੇ ਇਹਨਾਂ ਬਾਰੇ ਮੈਂ ਸਿਰਫ ਤੁਹਾਨੂੰ ਜਾਣੂ ਕਰਾ ਰਿਹਾ ਬਾਕੀ ਆਪਣੇ ਦਰਮਿਆਨ ਨੇ ਆਪ ਹੀ ਦੱਸਣਗੇ ਤੁਹਾਨੂੰ ਕਿਰਪਾ ਕਰਕੇ ਸਾਰੇ ਜਾਣੇ ਸਾਰੇ ਸਾਰੇ ਓਪੀਡੀ ਦੁਆਰੋ ਇੱਥੇ ਆ ਕੇ ਕਿਰਪਾ ਕਰਕੇ ਬੈਠ ਜਾਓ ਤਾਂ ਕਿ ਆਪਾਂ ਗੱਲ ਸਮਝ ਸਕੀਏ ਜਾਣ ਸਕੀਏ ਤੇ ਉਸ ਤੋਂ ਬਾਅਦ ਉਹਨੀ ਜਲਦੀ ਦੁਬਾਰਾ ਪ੍ਰੋਗਰਾਮ ਚੱਲ ਸਕੇ ਆਓ ਜੀ ਆਓ ਜਲਦੀ ਆਓ ਜੀ ਬੈਠੋ ਕਿਰਪਾ ਕਰਕੇ ਜਿੰਨੇ ਵੀ ਵੀਰ ਪਿੱਛੇ ਖੜੇ ਨੇ ਖੜੋ ਨਾ ਕੁਰਸੀਆਂ ਤੇ ਆ ਕੇ ਬੈਠੋ ਇੱਧਰ ਸਾਈਡ ਤੇ ਇੱਧਰਲੀ ਸਾਈਡ ਕੁਰਸੀਆਂ ਖਾਲੀ ਨੇ ਕਿਰਪਾ ਕਰਕੇ ਕੁਰਸੀਆਂ ਤੇ ਬੈਠ ਜਾਓ ਜੀ 2 ਮਿੰਟ ਲਈ ਜਿੰਦਰਾ